ਦੋਸਤੋ ਮੇਰਾ ਨਾਮ ਡਾਕਟਰ ਮਨੂ ਭਾਰਗਵ ਹੈ। ਅੱਜ ਦੀ ਵੀਡੀਓ ਜੋ ਹੈ ਉਹ ਹੈ ਮਿਲਕ ਦੇ ਉੱਤੇ, ਦੁੱਧ ਦੇ ਉੱਤੇ। ਅਸੀਂ ਰਸੋਈ ਦੇ ਖਜ਼ਾਨੇ ਵਿੱਚੋਂ ਇੱਕ ਇੱਕ ਔਸ਼ਧੀ ਦੇ ਉੱਤੇ ਵੀਡੀਓ ਬਣਾ ਰਹੇ ਹਾਂ। ਬੜਾ ਇੰਪੋਰਟੈਂਟ ਟੋਪਿਕ ਹੈ ਕਿ ਦੁੱਧ ਕਿਹੜੀ ਕੰਡੀਸ਼ਨ ਦੇ ਵਿੱਚ ਪੀਣਾ, ਕਿਹੜੀ ਕੰਡੀਸ਼ਨ 'ਚ ਨਹੀਂ ਪੀਣਾ। ਤੁਹਾਨੂੰ ਇਹ ਪਤਾ ਹੋਣਾ ਚਾਹੀਦਾ, ਅਸੀਂ ਇੱਕ ਦਿਮਾਗ ਦੇ ਵਿੱਚ ਮਿੱਥ ਬਿਠਾਈ ਹੋਈ ਹੈ ਕਿ ਦੁੱਧ ਤਾਂ ਸਾਰਿਆਂ ਲਈ ਬਣਿਆ। ਆਯੁਰਵੇਦ ਨੇ ਵੀ ਇਹੀ ਕਿਹਾ ਕਿ ਦੁੱਧ ਰਸਾਇਣ ਆ, ਮਿਹਨਤ ਹੈ, ਇਮਿਊਨਿਟੀ ਬੂਸਟਰ ਹੈ। ਲੇਕਿਨ ਕੁਛ ਕੰਡੀਸ਼ਨ ਇੱਦਾਂ ਨਹੀਂ ਹੈ ਜਿਹਨਾਂ ਦੇ ਵਿੱਚ ਤੁਸੀਂ ਮਿਲਕ ਪੀਓਗੇ ਔਰ ਉਹ ਜਿਹੜੀ ਕੰਡੀਸ਼ਨ ਹੈ ਉਹ ਹੋਰ ਖਰਾਬ ਹੋਏਗੀ। ਅੱਜ ਜਲਦੀ ਟਾਈਮ ਨਾ ਵੇਸਟ ਕਰਦੇ ਹੋਏ ਉਹਦੇ ਉੱਤੇ ਗੱਲ ਕਰਦੇ ਹਾਂ। ਦੋਸਤੋ ਆਹ ਕੰਡੀਸ਼ਨਸ ਹੈਗੀਆਂ ਜਿਹਨਾਂ ਦੇ ਵਿੱਚ ਮਿਲਕ ਨੂੰ ਅਵੋਇਡ ਕਰਨਾ। ਪਹਿਲੀ ਹੈਗੀ ਆ, ਆਯੁਰਵੇਦ ਨੇ ਬੜੀਆਂ ਸਪੈਸੀਫਿਕ ਕਲੀਅਰ ਕੰਡੀਸ਼ਨਸ ਦਿੱਤੀਆਂ ਹੋਈਆਂ, ਤੁਸੀਂ ਇਹਨਾਂ ਨੂੰ ਸਮਝ ਲਓਗੇ ਤੁਹਾਨੂੰ ਆਪਣੀਆਂ ਘਰ ਬੈਠੇ ਬਹੁਤ ਪ੍ਰੋਬਲਮਸ ਨੂੰ ਤੁਸੀਂ ਟ੍ਰੀਟ ਕਰ ਸਕਦੇ। ਪਹਿਲੀ ਕੰਡੀਸ਼ਨ ਹੈ ਅਗਨੀਮੰਦ। ਅਗਰ ਪੇਟ ਦੀ ਅਗਨੀ ਤੁਹਾਡੀ ਬਹੁਤ ਸਲੋ ਹੈ, ਖਾਣਾ ਡਾਈਜੈਸਟ ਨਹੀਂ ਹੁੰਦਾ ਪਿਆ ਰਹਿੰਦਾ ਆ, ਮਿਲਕ ਅਵੋਇਡ ਕਰੋ। ਸਥੂਲਤਾ, ਤੁਹਾਡੀ ਲਾਈਫ ਸਟਾਈਲ ਸਡੈਂਟਰੀ ਆ, ਸਾਰਾ ਦਿਨ ਕੁਰਸੀ ਉੱਤੇ ਬਹਿਣ ਵਾਲਾ ਕੰਮ ਹੈ ਔਰ ਬਾਡੀ ਓਬੇਸ ਹੋ ਰਹੀ, ਮੋਟਾਪਾ ਆ ਰਿਹਾ, ਮਿਲਕ ਬੰਦ ਕਰ ਦਿਓ। ਪਰਮੇਹ, ਅਗਰ ਮੋਟਾਪਾ ਆ ਔਰ ਨਾਲ ਸ਼ੂਗਰ ਵੀ ਹੋ ਗਈ ਹੈ, ਮਿਲਕ ਬੰਦ ਕਰ ਦਿਓ, ਤੁਹਾਨੂੰ ਪਰੇਸ਼ਾਨ ਕਰੇਗਾ। ਹਾਈਪੋਥਾਇਰੋਇਡਿਜ਼ਮ, ਇਹਦੇ ਵਿੱਚ ਵੀ ਜਦੋਂ ਗਲੇ ਜਦੋਂ ਤੁਹਾਡੇ ਥਾਇਰੋਇਡ ਡਿਸਆਰਡਰ ਹੁੰਦਾ ਹੈ, ਹਾਈਪੋਥਾਇਰੋਇਡਿਜ਼ਮ, ਜਿਹਦੇ ਵਿੱਚ ਟੀ ਐੱਸ ਐੱਚ ਲੈਵਲ ਵਧਣਾ ਪੈਂਦਾ, ਮਿਲਕ ਬੰਦ ਕਰੋ। ਪੀ ਸੀ ਓ ਡੀ, ਦੋਸਤੋ ਕੁਛ ਸਕਿਨ ਦੀਆਂ ਪ੍ਰੋਬਲਮਸ ਹੈਗੀਆਂ ਜਿਹਨਾਂ ਦੇ ਵਿੱਚ ਉਹ ਦਰਦ ਹੈ ਜਿਹਨੂੰ ਅਰਟੀਕੇਰੀਆ ਕਹਿ ਦਿੰਦੇ ਹਾਂ ਆਪਾਂ, ਇਹਦੇ ਵਿੱਚ ਵੀ ਮਿਲਕ ਬੰਦ ਕਰਨਾ ਹੁੰਦਾ। ਫਿਰ ਉਸ ਤੋਂ ਬਾਅਦ ਆ ਜਾਂਦਾ ਪ੍ਰਤੀਸ਼ਾਇ ਕਫਜ਼ ਗਾਸ, ਯਾਨੀ ਕੋਲਡ ਰਹਿੰਦਾ ਹੈ, ਕਫ ਰਹਿੰਦਾ ਹੈ, ਰੇਸ਼ਾ ਬਲਗਮ ਬਹੁਤ ਬਣਦੀ ਹੈ, ਚੈਸਟ ਬੈਡ ਹੈ, ਮਿਲਕ ਬੰਦ ਕਰ ਦਿਓ। ਜਠਰਾ ਅਗਨੀਮੰਦ, ਪੇਟ ਦੀ ਅਗਨੀ ਜਿਹੜੀ ਹੈ ਉਹੀ ਸਾਰਾ ਮੈਟਾਬੋਲਿਜ਼ਮ ਕਰਦੀ ਹੈ। ਸਲੋ ਮੈਟਾਬੋਲਿਜ਼ਮ ਮਤਲਬ ਮੰਦ ਜਠਰਾ ਅਗਨੀ ਚੱਲ ਰਹੀ ਹੈ, ਅਗਨੀ ਤੁਹਾਡੀ ਮੰਦ ਹੈ, ਮਿਲਕ ਬੰਦ ਕਰਨਾ ਪਏਗਾ। ਜ੍ਵਰ, ਹੁਣ ਜ੍ਵਰ ਦੇ ਵਿੱਚ ਆਮ ਤੌਰ ਦੇ ਉੱਤੇ ਇੱਕ ਮਿੱਥ ਹੈ, ਲੋਕ ਹਾਈ ਪ੍ਰੋਟੀਨ ਡਾਈਟ ਲੈਣ ਲੱਗ ਪਊਗੇ, ਸਪਲੀਮੈਂਟਸ ਲੈਣ ਲੱਗ ਪਊਗੇ। ਦੋਸਤੋ ਮਿਲਕ ਨੂੰ ਬੰਦ ਕਰਨਾ ਹੁੰਦਾ, ਲੰਘਣ ਕਰਨਾ ਹੁੰਦਾ, ਉਸ ਕੰਡੀਸ਼ਨ ਦੇ ਵਿੱਚ ਮਿਲਕ ਨਾ ਲਓ। ਫਿਰ ਇੱਕ ਡਾਇਬਟੀਜ਼ ਵਾਸਤੇ ਇੱਕ ਸ਼ਲੋਕ ਹੈ ਆਚਾਰਿਆ ਨੇ ਦਿੱਤਾ ਹੋਇਆ ਆਯੁਰਵੇਦ ਦੇ ਵਿੱਚ, ਆਸੇ ਸੁਖਮ ਸੁਪਨ ਸੁਖਮ ਦਦੀਨੀ ਗ੍ਰਾਮ ਉਦਕ ਅਨੂਪ ਰਸ ਪਿਆਸੀ ਨਵਨ ਪਾਲਮ ਗੁੜ ਵਿਕ੍ਰਤਮ ਚ ਪ੍ਰਮੇਹ ਹੇਤੂ ਕਫ ਕ੍ਰਿਚ ਸਰਵ। ਦੋਸਤੋ ਇਹ ਸਾਰੇ ਨਾ ਕੋਜ਼ਿਜ਼ ਹੈਗੇ ਆ ਪ੍ਰਮੇਹ ਦੇ, ਡਾਇਬਟੀਜ਼ ਦੇ, ਜਿਹਦੇ ਵਿੱਚ ਪਿਆਸੀ ਜਿਹੜਾ ਹੈ ਨਾ ਉਹ ਮਿਲਕ ਨੂੰ ਕਿਹਾ ਗਿਆ, ਮਿਲਕ ਬੰਦ ਕਰਨਾ ਹੁੰਦਾ। ਦੋਸਤੋ ਹੁਣ ਸਲੋ ਮੈਟਾਬੋਲਿਜ਼ਮ ਜਿਹੜਾ ਹੈ ਨਾ ਉਹ ਕਲੀਅਰ ਕੱਟ ਕੰਡੀਸ਼ਨ ਬਣ ਜਾਂਦਾ ਕਿ ਵੀ ਆਪਣੇ ਨੂੰ ਮਿਲਕ ਨਹੀਂ ਯੂਜ਼ ਕਰਨਾ। ਮਿਲਕ ਨੂੰ ਕਈ ਲੋਕ ਤਾਂ ਰਾਤ ਨੂੰ ਪੀਣ ਦੇ ਸ਼ੌਕੀਨ ਹੁੰਦੇ, ਉਹਨਾਂ ਲਈ ਵੀ ਸਟ੍ਰਿਕਟ ਹੈ ਕਿ ਉਹ ਪੀਣਾ ਬੰਦ ਕਰ ਦੇਣ ਅਗਰ ਇਹ ਕੰਡੀਸ਼ਨ ਉਹਨਾਂ ਦੇ ਵਿੱਚ ਫਾਲ ਕਰਦੇ ਹਾਂ। ਸਲੋ ਮੈਟਾਬੋਲਿਜ਼ਮ ਦੇ ਸਿਮਟਮਸ ਕੀ ਹੁੰਦੇ ਆ? ਵੇਟ ਗੇਨ ਹੋਣ ਲੱਗ ਪਏਗਾ, ਥਕਾਵਟ ਰਹੇਗੀ, ਬੈਠੇ ਬੈਠੇ ਬਸ ਉੱਠਣ ਨੂੰ ਦਿਲ ਨਹੀਂ ਕਰੇਗਾ, ਡਿਫੀਕਲਟੀ ਇਨ ਲੂਜ਼ਿੰਗ ਵੇਟ, ਵੇਟ ਘਟਾਉਣਾ ਬਹੁਤ ਔਖਾ ਹੋ ਜਾਏਗਾ, ਜਨਰਲਾਈਜ਼ ਵੀਕਨੈਸ ਆਏਗੀ, ਸਰੀਰ ਹਰ ਵੇਲੇ ਕਮਜ਼ੋਰੀ ਮਹਿਸੂਸ ਕਰੇਗਾ, ਮੂਡ ਸਵਿੰਗ ਆਊਗੇ, ਬਹੁਤ ਜ਼ਿਆਦਾ ਮੂਡ ਦੇ ਵਿੱਚ ਚੇਂਜਿਸ ਆਊਗੇ, ਕਦੀ ਇੱਕਦਮ ਖੁਸ਼ੀ ਹੋਊਗੀ, ਇੱਕਦਮ ਡਿਸਟਰਬੈਂਸ ਹੋਊਗੀ। ਇੱਕ ਕੰਡੀਸ਼ਨ ਹੋਰ ਆ ਮੈਂ ਦੱਸਣਾ ਭੁੱਲ ਗਿਆ, ਵਿਰੁੱਧ ਆਹਾਰ, ਲੋਕ ਨਾ ਚਯਵਨਪ੍ਰਾਸ਼ ਦੇ ਨਾਲ ਦੁੱਧ ਲੈਂਦੇ ਆ, ਆਮਲੇ ਦੀ ਜਿਹੜੀ ਜਿਹੜਾ ਰਸ ਹੈ ਉਹ ਅਮਲ ਹੈ, ਆਮਲਾ ਖੱਟਾ ਤੁਸੀਂ ਦੁੱਧ ਲਓਗੇ ਉਹ ਵਿਰੁੱਧ ਆਹਾਰ ਬਣ ਜਾਏਗਾ, ਨਮਕੀਨ ਚੀਜ਼ਾਂ ਦੇ ਨਾਲ ਦੁੱਧ ਨਹੀਂ ਲੈਣਾ, ਫਰੂਟਸ ਦੇ ਨਾਲ ਦੁੱਧ ਨਹੀਂ ਲੈਣਾ। ਸਵੇਰ ਦਾ ਜਿਹੜਾ ਟਾਈਮ ਆ ਮੋਰਨਿੰਗ ਦਾ 6 ਵਜੇ ਤੋਂ ਲੈ ਕੇ 10 ਵਜੇ ਦਾ ਉਹ ਕਫ ਦਾ ਪੀਰੀਅਡ ਹੁੰਦਾ, ਉਸ ਵੇਲੇ ਦੁੱਧ ਨਹੀਂ ਲੈਣਾ, ਰੇਸ਼ਾ ਬਣੇਗੀ। ਦੋਸਤੋ ਇਹ ਸਾਰੀਆਂ ਕੰਡੀਸ਼ਨਸ ਨੂੰ ਆਪਣੇ ਮਾਇੰਡ ਦੇ ਵਿੱਚ ਰੱਖ ਕੇ ਤੁਸੀਂ ਮਿਲਕ ਦਾ ਇਸਤੇਮਾਲ ਕਰੋਗੇ
ਤਾਂ ਤੁਹਾਨੂੰ ਬੈਨੀਫਿਟ ਹੋਏਗਾ, ਵਾਤ ਪਿੱਤ ਪ੍ਰਕਿਰਤੀ ਵਾਲੇ ਨੂੰ ਬਹੁਤ ਬੈਨੀਫਿਟ ਰਹੇਗਾ। ਔਰ ਮੈਂ ਇੱਕ ਗੱਲ ਲਾਸਟ ਵਿੱਚ ਐਡ ਔਨ ਕਰਨਾ ਚਾਹੁੰਦਾ, ਅੱਜ ਦੇ ਟਾਈਮ ਦੇ ਵਿੱਚ ਆਰਟੀਫਿਸ਼ਲ ਇਨਸੈਮੀਨੇਸ਼ਨ ਯਾਨੀ ਕ੍ਰਿਤਰਮ ਗਰਭਾਧਾਨ ਦੇ ਨਾਲ ਗਾਈਆਂ ਮੱਝਾਂ ਨੂੰ ਬਰੀਡ ਕਰਾਇਆ ਜਾਂਦਾ ਆ, ਉਹਨਾਂ ਨੂੰ ਉਹਨਾਂ ਦੇ ਕੋਲੋਂ ਦੁੱਧ ਦੀ ਪੈਦਾਵਾਰ ਕੱਢੀ ਜਾਂਦੀ ਹੈ। ਦੋਸਤੋ ਫਿਰ ਵੀ ਉਹਨਾਂ ਦੇ ਉੱਤੇ ਇਹ ਅੱਤਿਆਚਾਰ ਹੀ ਹੈ, ਅਸੀਂ ਕੋਸ਼ਿਸ਼ ਕਰੀਏ ਅਸੀਂ ਮਿਲਕ ਨੂੰ ਘਟਾ ਲਈਏ। ਥੈਂਕ ਯੂ, ਵੀਡੀਓ ਚੰਗੀ ਲੱਗੀ ਸ਼ੇਅਰ ਕਰਿਓ। ਜੈ ਹਿੰਦ।